पुरानी रंजिश ने चल दिया, देखो कि मैं तार तार चलिया गोलियां। एक हफ्ते दे विच आया ए तीसरा मामला, किस तरीके दे नाल पंजाब दी है लो एंड ऑर्डर दी स्थिति। पुरानी रंजिश दे चलदिया जिला जलंधर दे विच ताबड़तोड़ गोलियां चलिया। जी हाँ, यह हादसा इन्ना ज्यादा भयानक सी या फिर इन्नी गंदी तरीके दे नाल रंजिश कढ़ी गई कि गड्डी दे बोनट के उत्ते तार तार करके गोलियां चला दी गई। जी हाँ, दस दिए कि पुलिस के वालों इस मामले नू संजीदगी दे नाल लिया जा रहा, पुलिस के वालों मामला दर्ज कर लिया गया। वधेरे जानकारी दे लई साडे जलंधर तो रिपोर्टर जड़े ने ओ सुखविंदर बग्गा जी जुड़ चुके ने। सुखविंदर, तां पूरी की जानकारी है? अपने मां प्यो अपने भरा का जिहड़ा कि शरेआम गोलियां मार के कतल कर दिता गया। उस तो बाद थाना लांबड़ा के अधीन आते पिंड ठौला भी ट्रैक्टर से जा रहे मुंडे ने शरेआम गोलियां मारिया गई थी। राति भी जिहड़ा कि कैसा मामला सामने आया कि शहर सन पैसे तो पुलिस वालों यही कहा गया कि साडा कि 13-14 सौ मुलाजम जिहड़ा कि तैनात रहेगा, हर बंदे से चप्पे चप्पे तो नजर रखी जाएगी। और फिर भी जिहड़ा कि जिहड़े कि बदमाश के बेखौफ हो गए जिहड़े कि मुंडिया के उपर जी शरेआम गोलियां चला के कार सवार चुके। ਇਸ ਦੇ ਨਾਲ ਹੀ ਸੁਖਵਿੰਦਰ, ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ, ਤਾਂ ਕੀ ਪੂਰਾ ਮਾਮਲਾ ਸੀ ਪੁਰਾਣਾ? ਬਿਲਕੁਲ ਦੱਸਿਆ ਜਾ ਰਿਹਾ, ਕਿਉਂਕਿ ਕਿ ਜਿਹੜੀ ਇਹਨਾਂ ਦਾ ਕੋਈ ਪੁਰਾਣਾ ਸੀਗਾ ਅਲੀ ਜਿਹੜਾ ਪੈਸੇ ਇਹਨਾਂ ਦਾ ਹੈਗਾ ਲਾਂਬੜੇ ਦੇ ਅੰਦਰ ਅਧੀ ਚੱਕ, ਉੱਥੇ ਰਹਿਣ ਵਾਲੇ ਮੁੰਡਿਆਂ ਨੇ ਇਹ ਦੱਸਿਆ ਕਿ ਜਿਹੜਾ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹਨਾਂ ਦਾ ਕੋਈ ਸੀਗਾ, ਹਫ਼ਤੇ ਦੇ ਵਿੱਚ ਦੋ ਮਹਿਮਾ ਪਹਿਲਾਂ ਹੋਈ ਸੀਗੀ, ਉਹਨਾਂ ਵਿੱਚੋਂ ਇੱਕ ਮੁੰਡੇ ਦੇ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ, ਦੂਜੇ ਨੇ ਜਿਹੜਾ ਕਿ ਉਹਦਾ ਅਪਰਾ ਜਿਹੜਾ ਕਿ ਉਹਨੂੰ ਅਗਵਾ ਕਰਕੇ ਨਾਲ ਲੈ ਗਏ ਆ ਪੁਲਿਸ ਜਿਹੜੀ ਕਿ ਜਾਂਚ ਵਿੱਚ ਜੁਟੀ ਹੋਈ ਹੈ। ਜੀ, ਇਸ ਨਾਲ ਹੀ ਸੁਖਵਿੰਦਰ, ਜਿਹੜੇ ਇਹ ਨੌਜਵਾਨ ਜ਼ਖਮੀ ਹੋਏ ਨੇ ਉਹ ਕਿੱਥੇ ਨੇ ਇਸ ਵੇਲੇ ਤੇ ਉਹਨਾਂ ਦੀ ਕਿਹੋ ਜੀ ਹਾਲਤ ਹੈ? ਇਹਨਾਂ ਨੂੰ ਜਦੋਂ ਵੀ ਗੋਲੀ ਲੱਗਣ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜੀ, ਪੁਲਿਸ ਨੇ ਇਹ ਵੀ ਦੱਸਿਆ ਗਿਆ ਕਿ ਜਿਹੜੀ ਦੂਜੀ ਤੇਰਾ ਜਿਹੜੇ ਬਦਮਾਸ਼ ਸੀਗੇ ਉਹਨਾਂ ਦੇ ਕੁਝ ਬੰਦੇ ਜ਼ਖਮੀ ਆ, ਜਿਹੜੇ ਉਹਨਾਂ ਨੂੰ ਵੀ ਜਲੰਧਰ ਦੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਪ੍ਰਾਪਤ ਜਿਹੜੇ ਕਿ ਆਪਣੇ ਡੀਐਸਪੀ ਹਨਗੇ ਬਲਵੀਰ ਸਿੰਘ ਮੌਕੇ ਤੇ ਪਹੁੰਚੇ ਸੀਗੇ, ਉਹਨਾਂ ਨੂੰ ਸਾਸ਼ੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੇ ਬਦਮਾਸ਼ ਸੀਗੇ, ਚਾਹੇ ਕਿਉਂਕਿ ਜੋਸ਼ੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜੀ, ਇਸ ਨਾਲ ਹੀ ਪੁਲਿਸ ਦੇ ਵੱਲੋਂ ਸੁਖਵਿੰਦਰ ਕੀ ਮਾਮਲਾ ਦਰਜ ਕਰ ਲਿਆ ਗਿਆ? ਬਿਲਕੁਲ, ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਕਿ ਦੋਨਾਂ ਪੱਖਾਂ ਨੇ ਜੋ ਵੀ ਬਿਆਨ ਲੈ ਕੇ ਮਾਮਲਾ ਸਾਹਮਣੇ ਜਿਹੜੀ ਗੱਲ ਹੈ ਕਿ ਉਹਦੇ ਅਧੀਨ ਜਿਹੜਾ ਕਿ ਮਾਮਲਾ ਦਰਜ ਕੀਤਾ ਜਾਊਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਕਿ ਲਾ ਐਂਡ ਆਰਡਰ ਦੀਆਂ ਜਿਹੜੀਆਂ ਕਿ ਸ਼ਰੇਆਮ ਇੱਕੋ ਥਾਣੇ ਦੇ ਜਿਹੜਾ ਕਿ ਪਿੰਡ ਹੈਗੇ, ਤਿੰਨੋਂ ਪਿੰਡ ਇੱਕੋ ਥਾਣੇ ਦੇ ਅਧੀਨ ਆਉਂਦੇ ਆ, ਸ਼ਰੇਆਮ ਧੱਕੀਆਂ ਜਾ ਰਹੀਆਂ। ਪੁਲਿਸ ਦੇ ਵੀ ਸਵਾਲ ਉੱਠਦੇ ਕਿ ਇੱਕੋ ਥਾਣੇ ਦੇ ਇਲਾਕੇ ਦੇ ਵਿੱਚ ਕਿਉਂ ਸ਼ਰੇਆਮ ਗੋਲੀਆਂ ਚੱਲਦੀਆਂ। ਜੀ, ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਸੁਖਵਿੰਦਰ। ਤਾਂ ਇਹ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਇੱਕ ਹਫ਼ਤੇ ਦੇ ਵਿੱਚ ਤਿੰਨ ਅਜਿਹੇ ਕੇਸ ਸਾਹਮਣੇ ਆਏ ਕਿ ਜਿੱਥੇ ਸ਼ਰੇਆਮ ਗੋਲੀਆਂ ਚੱਲੀਆਂ ਨੇ। ਤਾਂ ਫਿਰ ਤੁਸੀਂ ਸੋਚ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਾਅ ਤੇ ਆਰਡਰ ਦੀ ਸਥਿਤੀ ਹੈ, ਕਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ। ਦੁਸ਼ਹਿਰੇ ਮੌਕੇ ਤੇ ਇਹ ਗੋਲੀਆਂ ਚੱਲੀਆਂ ਨੇ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ, ਲਾਂਬੜਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜ਼ਿਲ੍ਹਾ ਜਲੰਧਰ ਤੋਂ। ਜੀ ਹਾਂ, ਸੋਚ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਇਸੇ ਮਾਂ ਥਾਣੇ ਤੋਂ ਇਹ ਤੀਸਰਾ ਮਾਮਲਾ ਸਾਹਮਣੇ ਆਇਆ, ਤਾਂ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਾਂ ਤੁਹਾਨੂੰ। ਅੱਛਾ, ਮਨਿੰਦਰ ਸਿੰਘ ਇੱਥੇ ਦਾਖਲ ਹੋਇਆ ਜੋਸ਼ੀ ਹਸਪਤਾਲ, ਨਾ ਤਕਰੀਬ 2 ਮਹੀਨੇ ਪਹਿਲਾਂ 307 ਦੇ ਮੁਕੱਦਮੇ ਤੋਂ ਬੇਲ 'ਤੇ ਆਇਆ। ਜੀ, ਜਦੋਂ ਬੇਲ 'ਤੇ ਆਇਆ ਤਾਂ ਉਦੋਂ ਜਿਹੜੀ ਉਸ ਮੁਕੱਦਮੇ ਦੀ ਮਦਈ ਪਾਰਟੀ ਹੈ ਨਛੱਤਰ ਸਿੰਘ ਅਤੇ ਉਹਨਾਂ ਦਾ ਬੇਟਾ ਆ ਲਵਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ, ਉਹਨਾਂ ਨੇ ਉਹ ਨਛੱਤਰ ਸਿੰਘ ਨੇ ਬਿਆਨ ਲਿਖਾਇਆ। ਫਿਰ ਉਹਨੇ ਫਾਇਰ ਕੀਤਾ ਆਣ ਕੇ, ਜਦੋਂ ਘਰ ਆਇਆ ਨਾ ਜੇਲ 'ਚੋਂ ਆਇਆ ਤਾਂ ਉਹ ਫਾਇਰ ਤੋਂ ਇੱਥੇ ਪਰਚਾ ਦਰਜ ਸੀ ਅਤੇ ਭੱਜਿਆ ਸੀਗਾ ਉਹ ਮੁਕੱਦਮੇ 'ਚੋਂ। ਅਤੇ ਅੱਜ ਹੁਣ ਸਾਨੂੰ ਘੰਟਾ ਕੁ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ, ਫਿਰ ਇਨਫੋਰਮੇਸ਼ਨ ਇਹ ਮਿਲੀ ਵੀ ਲਵਪ੍ਰੀਤ ਦੇ ਗੋਲੀ ਵੱਜੀ ਸਿਰ 'ਚ। ਲਵਪ੍ਰੀਤ ਗੁਰ ਉਹਦਾ ਨਛੱਤਰ ਸਿੰਘ ਦਾ ਬੇਟਾ ਆ, ਅਤੇ ਉਹ ਮੈਂ ਹੋਸਪਿਟਲ ਸੂਦ ਹਸਪਤਾਲ ਜਾ ਕੇ ਵੀ ਐਂ ਦੇਖ ਕੇ ਆਇਆ, ਉਹਦੇ ਸਿਰ 'ਚ ਰਾਈਟ ਸਾਈਡ 'ਤੇ ਗੋਲੀ ਵੱਜੀ ਆ। ਡਾਕਟਰ ਸੂਦ, ਰਾਜੀਵ ਸੂਦ ਮੈਨੂੰ ਮਿਲੇ ਸੀ, ਉਹਨਾਂ ਨੇ ਦੱਸਿਆ ਆਊਟ ਆਫ ਡੇਂਜਰ ਹੈਗਾ ਉਹ, ਫਿਲਹਾਲ ਬਚ ਗਿਆ, ਬਚਾਅ ਹੋਵੇ, ਗੋਲੀ ਕੱਢ ਦਿੱਤੀ ਗਈ ਆ। ਅਤੇ ਨਾਲ ਉਹਦੇ ਚਾਚੇ ਦਾ ਲੜਕਾ ਗੁਰਪ੍ਰੀਤ ਸਿੰਘ, ਉਹਦੇ ਹਸਪਤਾਲ ਦੇ ਵਿੱਚ ਗੋਲੀ ਵੱਜੀ ਆ, ਉਹ ਡਾਕਟਰ ਸਾਹਿਬ ਆਪਰੇਸ਼ਨ ਉਹਦਾ ਕਰ ਰਹੇ ਆ। ਉਦੋਂ ਮੈਂ ਸੂਦ ਹਸਪਤਾਲ ਨੇ ਪਤਾ ਲੱਗਾ ਸੀ ਸਾਨੂੰ ਵੀ ਇੱਥੇ ਮਨਿੰਦਰ ਜਿਹੜਾ ਦਾਖਲ ਹੋਇਆ ਇੱਥੇ ਹਸਪਤਾਲ ਦੇ ਵਿੱਚ, ਜੋਸ਼ੀ ਹਸਪਤਾਲ, ਇਹ ਅਸੀਂ ਹੁਣ ਪਤਾ ਕਰਦੇ ਹਾਂ ਵੀ ਇਹਦੀ ਗੱਡੀ ਬਾਹਰ ਖੜੀ ਦੇਖੀ ਅਸੀਂ, ਇਹਦੇ
टोटल इस घटना के किन्ने जने इंजर्ड है? तीन जने फिलहाल, तीन जने सामने आए तीन तो क्रॉस फायरिंग हुई थी, किन्ने फायर हुए हैं? देखो ब्रदर ये तो हम बयान पहले गल करा ना फिर ही पता लगेगा गोलियां जिहड़ियां इहदे दो वज्जियां, एक दी उधरों दोवां दे एक एक वज्जी है, ठीक है ना। जिहड़े गोलियां वज्जियां हैगियां ਉਹ ਚਾਰ ਆ, ਬਾਕੀ ਫਾਇਰ ਕਿੰਨੇ ਹੋਏ ਉਹ ਉੱਥੇ ਦੋਵਾਂ ਦਾ ਮਿਆਂ। ਸਰ ਜਿਹੜਾ ਮਨਿੰਦਰ ਸੀ ਤੁਸੀਂ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਇਆ ਸੀਗਾ, ਕਿਹੜੇ ਮੁਕੱਦਮੇ ਦੇ ਵਿੱਚ ਸੀਗਾ? ਇਹਦੇ ਖਿਲਾਫ ਮੈਂ ਪਹਿਲਾਂ ਦੱਸ ਚੁੱਕਾ 307 ਦਾ ਮੁਕੱਦਮਾ ਦਰਜ ਹੋਇਆ ਸੀਗਾ ਕੋਈ 1.5 ਸਾਲ ਪਹਿਲਾਂ ਮਨਿੰਦਰ ਅਤੇ ਇਹਦੇ ਭਰਾ ਦੇ ਖਿਲਾਫ਼। ਦੋਵਾਂ ਦੇ ਕੋਲੋਂ ਵੈਪਨ ਰਿਕਵਰ ਹੋਏ ਸੀ ਉਸ ਟਾਈਮ 'ਤੇ, ਨਜਾਇਜ਼ ਵੈਪਨ ਰਿਕਵਰ ਹੋਏ ਸੀ ਇਹਨਾਂ ਕੋਲੋਂ, ਅਤੇ ਵੈਪਨ ਰਿਕਵਰ ਵੀ ਕਰ ਲਿਆ ਸੀ ਉਸ ਮੁਕੱਦਮੇ 'ਚ 2 ਮਹੀਨੇ ਪਹਿਲਾਂ ਬੇਲ 'ਤੇ ਆਇਆ ਜੇਲ੍ਹ 'ਚੋਂ। ਹੁਣ ਵੈਪਨ ਕੋਈ ਬਰਾਮਦ ਹੋਏ? ਹਾਂਜੀ ਹੁਣ ਵੈਪਨ ਬਰਾਮਦ ਹੋਏ ਕੋਈ? ਹਲੇ ਤਾਂ ਬ੍ਰਦਰ ਹਸਪਤਾਲ ਦੇ ਵਿੱਚ ਆਏ ਹਾਂ, ਜੋ ਮੈਂ ਤੁਹਾਨੂੰ ਦੱਸਿਆ ਹੋਸਪਿਟਲ ਦੇ ਵਿੱਚ ਮੈਂ ਹਲੇ ਇੰਜਰਡ ਨੂੰ ਮਿਲਿਆ, ਅਤੇ ਹਲੇ ਤਾਂ ਇਹਨਾਂ ਨੂੰ ਮਿਲ ਕੇ ਬਿਆਨ ਲੈ ਕੇ ਕਹਾਂ। ਅਗਲੀ SHO ਸਾਹਿਬ ਉੱਥੇ ਮੌਕੇ 'ਤੇ ਗਏ ਨੇ, ਅਲੀਜੱਕ ਪਿੰਡ, SHO ਲਾਂਬੜਾ, SHO ਕਰਤਾਰਪੁਰ ਮੇਰੇ ਨਾਲ ਨੇ, ਉੱਥੇ ਪਿੰਡ 'ਚ ਵੀ ਅਸੀਂ ਫੋਰਸ ਭੇਜੀ ਆ ਦੁਬਾਰਾ ਝਗੜਾ ਵੀ, ਤਾਂ ਹੋਸਪਿਟਲ ਦੇ ਵਿੱਚ ਪਤਾ ਕਰਾ ਰਹੇ ਹਾਂ। ਕਿੰਨੇ ਬਰਾਮਦ ਹੋਏ ਗੱਡੀ 'ਚ? ਕੋਲ ਇਸ ਗੱਡੀ ਦੇ ਵਿੱਚ ਸਰਚ ਕੀਤੀ ਅਸੀਂ, ਇੱਕ ਛੋਟਾ ਸਿੱਕਾ ਬਰਾਮਦ ਹੋਇਆ ਹੈ। ਠੀਕ ਹੈ। NRI Marriage Bureau. Find your perfect human.